ਕਿ ਜਿਹੜਾ ਉਪਜਿਆ ਇੱਕ ਦਿਨ ਵਿਣਸੇਗਾ, ਜਿਹੜਾ ਘੜਿਆ ਇੱਕ ਦਿਨ ਭੱਜੇਗਾ, ਜਿਹੜਾ ਜੰਮਿਆ ਇੱਕ ਦਿਨ ਮਰੇਗਾ। ਭਾਵ ਜੋ ਵੀ ਸੰਸਾਰ ਦੇ ਵਿੱਚ ਆਇਆ ਨਾ, ਉਹਨੇ ਸੰਸਾਰ ਤੋਂ ਇੱਕ ਨਾ ਇੱਕ ਦਿਨ ਪਰਲੋਕ ਗਮਨ ਕਰ ਜਾਣਾ। ਕਿਉਂਕਿ ਤਿੰਨ ਅਵਸਥਾਵਾਂ ਦਾ ਜ਼ਿਕਰ ਕੀਤਾ ਮੇਰੇ ਸਤਿਗੁਰੂ ਜੀ ਮਹਾਰਾਜ ਨੇ ਬਾਣੀ ਦੇ ਅੰਦਰ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾ, ਬਚਪਨ ਜਵਾਨੀ ਤੇ ਬੁਢੇਪਾ। ਹੁਣ ਬਚਪਨ ਦੇ ਵਿੱਚ ਬੰਦੇ ਨੂੰ ਆਸੂ ਘਰ ਦੇ ਨਾਲ ਜੁੜੇ ਸਨ ਤੇ ਇਸਤਰੀ ਸੰਸਦ ਸਭਾ ਕਰਤਾਰ ਨਗਰ ਦੇ ਗੁਰਦੁਆਰਾ ਸਿੰਘ ਸਭਾ ਹੈ, ਉੱਥੋਂ ਦੇ ਬੀਬੀਆਂ ਦੇ ਮੈਂਬਰ ਵੀ ਸਨ, ਗੁਰੂ ਘਰ ਦੇ ਨਾਲ ਜੁੜੇ। ਆਪ ਬਾਣੀ ਪੜ੍ਹਨੀ, ਆਪ ਸਹਿਜ ਪਾਠ ਕਰਨਾ, ਕਹਿੰਦੇ ਸਹਿਜ ਪਾਠ ਕੀਤਾ ਸੀ, ਮੱਧ ਦੇ ਵਿੱਚ ਆਇਆ ਸੀ, ਉਸ ਤੋਂ ਬਾਅਦ ਅਕਾਲ ਚਲਾਣਾ ਵੀ ਕਰਕੇ, ਕਿਉਂਕਿ ਸੱਦਾ ਆ ਗਿਆ ਪਰਮਾਤਮਾ। ਜਦੋਂ ਪਰਮਾਤਮਾ ਦਾ ਸੱਦਾ ਆਵੇ ਨਾ, ਸਾਰੇ ਸਿੰਘ ਦੀ ਗੁਰਮੁਖ ਪਿਆਰੇ ਲੁੱਡੀਆਂ ਪਾਉਂਦੀਆਂ ਹੋਏ ਜਾਂਦੇ ਨੇ, ਲੁੱਡੀਆਂ ਪਾਉਂਦੇ ਆ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ ਨਾ, ਯਾਦ ਰੱਖਣਾ, ਬਚਨ ਨੇ ਗੁਰੂ ਅਮਰਦਾਸ ਮਹਾਰਾਜ ਦੇ ਕਲਮ ਬੰਦ ਕੀਤੇ ਨੇ, ਉਹਨਾਂ ਦੇ ਪੜਪੋਤਰੇ ਬਾਬਾ ਸੁੰਦਰ ਜੀ ਰਾਮਕਲੀ ਸਾਹਿਬ। ਆਪਾਂ ਪੜ੍ਹਦੇ ਹਾਂ ਨਾ, ਜਦੋਂ ਪੁਰਾਣੀ ਚੜ੍ਹਾਈ ਕਰ ਜਾਵੇ, ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਂਦਾ, ਪਰ ਰਾਮਕਲੀ ਸਾਹਿਬ ਪੜ੍ਹੀ ਜਾਂਦੀ। ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ, ਬਾਬਾ ਸੁੰਦਰ ਜੀ ਦਾ ਨਾਮ ਆਇਆ ਨਾ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪੜਪੋਤਰੇ ਨੇ, ਇਹ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕਲਮ ਬੰਦ ਕੀਤੇ ਨੇ ਬਾਬਾ ਸੁੰਦਰ ਜੀ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਤਾਂ ਇੱਕ ਹਫ਼ਤਾ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਾਡਾ ਸਮਾਂ ਆ ਗਿਆ, ਇੱਕ ਹਫ਼ਤੇ ਬਾਅਦ ਇਹਨਾਂ ਨੇ ਨਾਨਕ ਤੇ ਮੁਖਤੇ ਜਿਨੇ ਨਾਮ ਆਇਆ ਨਾਨਕ ਤੇ ਮੁਖਤੇ ਛੱਤੇ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮਰੈ ਸੁਤਰ ਤੁਮੀ ਉਦਿਆ ਗੈ ਅਰਦਾਸ ਮਾਰੀ ਜੀਓ ਪਿੰਡ ਸਭ ਅਹਨਾਨਿਤ ਸਭ ਤੇਰੀ ਵਡਿਆਈ ਕੋਈ ਨਾਉ ਰਾਮ ਦੱਸੈ ਵੈਸਾਏ ਅਰਜਨ ਹਰ ਗੋਬਿੰਦ ਨਾਲ ਸਿਮਰਾ ਸ੍ਰੀ ਅਦਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਜਿਹਾ ਜਿਹੜੇ ਲਿਖਿਆ ਤੇਵਾ ਹੁਕਮ ਕਮਾਹੇ ਘੱਲਿਆ ਵੈ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਬਾਪਾਂ ਸਾਰਾ ਜੀ ਦਰਕਰ ਦੇ ਚਰਨ ਸੇਵਕ ਬੀਬੀ ਸਵਰਨਜੀਤ ਕੌਰ ਜੀ ਇਸ ਸੰਸਾਰ ਦੇ ਵਿੱਚ ਆਏ ਜਿੰਨੀ ਕੁਆਈ ਅੱਜ ਨੇ ਬਖਸ਼ਿਸ਼ ਕੀਤੀ ਅੱਜ ਦੇ ਹੁਕਮਾਂ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ ਹੋਇਆ ਬੀਬੀ ਸਵਰਨਜੀਤ ਕੌਰ ਜੀ ਨੇ ਸੰਸਾਰ ਤੋਂ ਕੁਝ ਦਿਨ ਪਹਿਲਾਂ ਪਰਲੋਕ ਗਮਨ ਕੀਤਾ। ਉਹਨਾਂ ਦੀ ਆਤਮਿਕ ਸ਼ਾਂਤੀ ਨੂੰ ਮੁੱਖ ਰੱਖਦਿਆਂ ਹੋਇਆ ਸੇਵਕ ਪਰਿਵਾਰ ਵੱਲੋਂ ਗ੍ਰਹਿ ਵਿਖੇ ਰੱਖੇ ਸ੍ਰੀ ਸਹਿਜ ਪਾਠ ਦੀ ਸਮਾਪਤੀ ਕਰਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜੇ ਸੁਣੇ ਕਿਆ ਹੋਈ, ਮਿਲਿਓ ਸੋਈ, ਹਰ ਕਾ ਨਾਮ ਨ ਜਪ ਸਗਵਾਰਾ, ਮਨ ਮਾਨੇ ਲੋਕ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਹੀ ਇਕੱਤਰ ਹੋਏ ਹਾਂ ਪਿਛਲੇ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਸਰਨ ਕੌਰ ਜੀ, ਜੋ ਕਿ ਇਸ ਤਰੀਕੇ ਨਾਲ ਚਲੇ ਗਏ ਕਿ ਗੁਰਬਾਣੀ ਵਿੱਚ ਦਰਜਾ ਫਰੀਦਾ ਦਰਿਆ ਵੇ ਕਿੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇ ਦੇ ਅੰਗ ਨੂੰ
अचिंते बाजपे बाजपे ते सराब दे केला विसरिया जोन चित ना चेते सन सो गाली रखी जस्ता तुहानू पता है इलेक्शन का दौर है असि डोर टू डोर कर रहे हैं सारिंदरजीत सिंह जी गिल साडे नाल ਤੁਹਾਡਾ ਇੱਕ ਇੱਕ ਕਦਮ ਚੱਲ ਗਿਆ ਪਰਿਵਾਰ ਦੇ ਸਿਰ ਮੱਥੇ ਪਰਿਵਾਰ ਤੁਹਾਡਾ ਰਿਣੀ ਰਹੇਗਾ ਤੁਸੀਂ ਇਸ ਦੁੱਖ ਦੀ ਘੜੀ ਵਿੱਚ ਮੋਢੇ ਨਾਲ ਮੋਢਾ ਲਾ ਕੇ ਦੁੱਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਮੈਂ ਜਿੱਥੇ ਆਪਣੇ ਵੱਲੋਂ ਉੱਥੇ ਸਮੂਹ ਵਾਰਡ ਨੰਬਰ 49 ਸ਼੍ਰੋਮਣੀ ਅਕਾਲੀ ਦਲ ਵੱਲੋਂ ਜੀ ਆਇਆਂ ਕਹਿੰਦਾ ਜਿੱਥੇ ਤੁਹਾਨੂੰ ਜੀ ਆਇਆਂ ਕਹਿੰਦਾ ਉੱਥੇ ਧੰਨਵਾਦ ਵੀ ਕਰਦਾ ਇਸਦਾ ਕਹਿੰਦੇ ਹੋਏ ਇੱਕ ਵਾਰੀ ਫਿਰ ਸਮੂਹ ਸਾਧ ਸੰਗਤ ਦਾ ਕੋਟਾਂ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ